ਪੁਰਾਣੀਆਂ ਫਲੋਪੀ ਡਿਸਕ ਦੀ ਕੋਈ ਲੋੜ ਨਹੀਂ ਹੁੰਦੀ ਅਤੇ ਐਵੇਂ ਹੀ ਸੁੱਟ ਦਿੱਤੀਆਂ ਜਾਂਦੀਆਂ ਹਨ। ਤੁਸੀਂ ਪੁਰਾਣੀਆਂ ਫਲੋਪੀ ਦੀ ਮਦਦ ਦੇ ਨਾਲ ਬਹੁਤ ਵਧੀਆ ਪ੍ਰੋਪੈਲਰ ਬਣਾ ਸਕਦੇ ਹੋ। ਐਲਮੀਨੀਅਮ ਦਾ ਕੈਪ ਉਤਾਰੋ ਅਤੇ ਫਲੋਪੀ ਨੂੰ ਖੋਲ੍ਹੋ। ਇਸ ਦੇ ਮੱਧ ਵਿੱਚ ਤੁਹਾਨੂੰ ਇੱਕ ਪਲਾਸਟਿਕ ਫਿਲਮ ਦਿਖਾਈ ਦੇਵੇਗੀ ਜਿਸ ਵਿੱਚ ਸਾਰਾ ਡਾਟਾ ਸਟੋਰ ਕੀਤਾ ਜਾਂਦਾ ਹੈ। ਇਹ ਫਿਲਮ ਐਲਮੀਨੀਅਮ ਡਿਸਕ ਉੱਤੇ ਲਗਾਈ ਹੁੰਦੀ ਹੈ। ਇਸ ਫਿਲਮ ਉੱਤੇ ਬਰਾਬਰ ਦੂਰੀ 'ਤੇ 8 ਕੱਟ ਲਗਾਓ। ਹੁਣ ਦਿਖਾਏ ਅਨੁਸਾਰ ਬਲੇਡ ਬਣਾਉਣ ਲਈ ਕਰੀਜ਼ ਕਰ ਦਿਓ। ਡਿਸਕ ਦੇ ਮੱਧ ਵਿੱਚ ਇੱਕ ਸਟਰੋਅ ਦਾ ਟੁਕੜਾ ਬੀਅਰਿੰਗ ਦਾ ਕੰਮ ਲਈ ਰੱਖ ਦਿਓ। ਇਸ ਪ੍ਰੋਪੈਲਰ ਨੂੰ ਸਾਈਕਲ ਸਪੋਕ ਵਿੱਚ ਰੱਖ ਦਿਓ ਅਤੇ ਇਸ ਨੂੰ ਛੱਤ ਦੇ ਪੱਖੇ ਥੱਲੇ ਲੈ ਕੇ ਜਾਓ। ਇਹ ਫਲੋਪੀ ਪ੍ਰੋਪੈਲਰ ਬੜੇ ਆਰਾਮ ਨਾਲ ਘੁੰਮੇਗਾ। ਇਸ ਫਲੋਪੀ ਪ੍ਰੋਪੈਲਰ ਨੂੰ ਇੱਕ ਤਿੱਖੀ ਰਬੜ ਵਾਲੀ ਪੈਨਸਿਲ 'ਤੇ ਰਬੜ 'ਤੇ ਰੱਖੋ। ਇਸ ਪੈਨਸਿਲ ਦੀ ਚੁੰਬਕ ਹੈ ਜਿਹੜੀ 3 ਚੁੰਬਕਾਂ ਨਾਲ ਰਿਪੈਲ ਕਰਦੀ ਹੈ। ਇਸ ਤਰ੍ਹਾਂ ਪੈਨਸਿਲ ਇੱਕ ਲੱਤ 'ਤੇ ਖੜ੍ਹੀ ਹੁੰਦੀ ਹੈ। ਜਦੋਂ ਇਹ ਛੱਤ ਦੇ ਪੱਖੇ ਹੇਠ ਕੀਤੀ ਜਾਂਦੀ ਹੈ ਤਾਂ ਇਹ ਬਿਨਾਂ ਰੁਕੇ ਚੱਲਦਾ ਰਹਿੰਦਾ ਹੈ ਔਰ ਬਹੁਤ ਖੂਬਸੂਰਤ ਲੱਗਦਾ ਹੈ।